ਇਸੇ ਕਰਕੇ ਮਜ਼ਾਕ ਚ ਨਾ ਰੱਖਦਾ ਤੇਲ ਬਣਾ, ਇਹ ਤਾਂ ਮਜ਼ਾਕ ਚ ਸਟੇਡੀਅਮ ਭਰ ਗਿਆ। ਗੱਲ ਇਹ ਹੈ ਕਿ ਜਦੋਂ ਕੋਈ ਲੱਤਾਂ ਖਿੱਚਦਾ ਨਾ ਪੰਜਾਬੀਆਂ ਦੀ ਆਦਤ ਆਈ ਹੋਰ ਮੂਹਰੇ ਜਾਈ। ਦਿਲਜੀਤ ਦੋਸਾਂਝ ਨੇ ਰਿਵੀਲ ਕੀਤਾ ਕਿ ਉਹਨਾਂ ਨੇ ਆਪਣੇ ਟੂਰ ਦਾ ਨਾਮ ਰੱਖਿਆ ਦਿਲ ਲੁਮੀਨਾਟੀ। ਦਰਅਸਲ ਦਿਲਜੀਤ ਦੋਸਾਂਝ ਨੇ ਰੀਸੈਂਟਲੀ ਪਰਫਾਰਮ ਕੀਤਾ ਤੇ ਇਸ ਪਰਫਾਰਮੈਂਸ ਨੇ ਹਿਸਟਰੀ ਕ੍ਰੀਏਟ ਕਰ ਦਿੱਤੀ ਹੈ। ਵੈਲ, ਵੈਂਕੂਵਰ ਦੇ BC ਪਲੇਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਤੇ 54,000 ਤੋਂ ਵੀ ਵੱਧ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਦੇਖਣ ਪਹੁੰਚੇ। 54,000 ਤੋਂ ਵੀ ਜ਼ਿਆਦਾ ਲੋਕ ਉਹਨਾਂ ਨੂੰ ਦੇਖਣ ਲਈ ਪਹੁੰਚੇ ਤੇ ਇਸ ਸਟੇਡੀਅਮ ਦੇ ਵਿੱਚ ਜਿੱਥੇ ਉਹਨਾਂ ਨੇ ਬਾਕਮਾਲ ਪਰਫਾਰਮੈਂਸ ਦਿੱਤੀ, ਦਰਸ਼ਕਾਂ ਨੂੰ ਇੰਪ੍ਰੈਸ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਰਿਵੀਲ ਕੀਤਾ ਕਿ ਉਹਨਾਂ ਦੇ ਟੂਰ ਦਾ ਨਾਮ ਦਿਲ ਲੁਮੀਨਾਟੀ ਕਿਉਂ ਸੀ। ਦਰਅਸਲ ਇਹ ਕਲਿੱਪ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਈ ਹੈ। ਦੱਸਦੀ ਹੈ ਕਿ ਇਸ ਕਲਿੱਪ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਰਿਵੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੇ ਆਪਣੇ ਸ਼ੋਅ ਦਾ ਨਾਮ, ਆਪਣੇ ਟੂਰ ਦਾ ਨਾਮ ਦਿਲ ਲੁਮੀਨਾਟੀ ਕਿਉਂ ਰੱਖਿਆ। ਵੈਲ, ਦਿਲਜੀਤ ਦੋਸਾਂਝ ਦੀ ਇਹ ਪਰਫਾਰਮੈਂਸ ਵੀ ਉਹਨਾਂ ਦੇ ਦਿਲ ਲੁਮੀਨਾਟੀ ਟੂਰ ਦਾ ਹਿੱਸਾ ਸੀ ਤੇ ਦਿਲਜੀਤ ਦੋਸਾਂਝ ਇਸ ਵੀਡੀਓ ਦੇ ਵਿੱਚ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਵੇਂ ਉਹਨਾਂ ਦੇ ਨਾਲ ਲੁਮੀਨਾਟੀ ਹੋਣ ਦੀ ਇੱਕ ਕੰਟਰੋਵਰਸੀ ਜੁੜ ਗਈ। ਦਿਲਜੀਤ ਦੋਸਾਂਝ ਦਾ ਜੋ ਕਰਾਊਨ ਚੱਕਰ ਸੀ ਉਸ ਨੂੰ ਲੋਕਾਂ ਨੇ ਇਲੂਮੀਨਾਟੀ ਦੇ ਨਾਲ ਲਿੰਕ ਕਰਕੇ ਦੇਖਿਆ, ਜਿਸ ਤੋਂ ਬਾਅਦ ਇਹ ਅਫਵਾਹਾਂ, ਇਹ ਕੰਟਰੋਵਰਸੀ ਸਾਹਮਣੇ ਆਉਣ ਲੱਗ ਗਈਆਂ ਕਿ ਦਿਲਜੀਤ ਦੋਸਾਂਝ ਇੱਕ ਇਲੂਮੀਨਾਟੀ ਦੇ ਮੈਂਬਰ ਨੇ। ਸੋ ਦਿਲਜੀਤ ਦੋਸਾਂਝ ਨੇ ਜਿਸ ਤੋਂ ਬਾਅਦ ਇੱਕ ਬੜਾ ਹੀ ਮਜ਼ਾਕੀਆ ਰਿਸਪੌਂਸ ਦੇ ਵਿੱਚ ਰੱਖਿਆ ਕਿ ਉਹਨਾਂ ਦੇ ਇਸ ਟੂਰ ਦਾ ਨਾਮ ਹੀ ਦਿਲ ਲੁਮੀਨਾਟੀ ਹੈ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਇਹ ਵੀ ਇਸ ਕਲਿੱਪ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਕਿ ਮਜ਼ਾਕ ਮੇਂ ਹੀ ਸਟੇਡੀਅਮ ਭਰ ਗਿਆ। ਕਹਿੰਦੇ ਕਿ ਮਜ਼ਾਕ ਦੇ ਵਿੱਚ ਹੀ ਸਟੇਡੀਅਮ ਭਰ ਗਿਆ ਤੇ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇਹ ਰਿਵੀਲ ਕੀਤਾ ਕਿ ਇਸ ਲਈ ਹੀ ਉਹਨਾਂ ਨੇ ਆਪਣੇ ਟੂਰ ਦਾ ਨਾਮ ਦਿਲ ਲੁਮੀਨਾਟੀ ਰੱਖਿਆ ਸੀ ਤੇ ਪੰਜਾਬੀ ਵੈਸੇ ਹੀ ਇਸ ਚੀਜ਼ ਦੇ ਵਿੱਚ ਕਾਫੀ ਜ਼ਿਆਦਾ ਐਕਸਪਰਟ ਹੁੰਦੇ ਨੇ। ਸੋ ਮਜ਼ਾਕ ਦੇ ਵਿੱਚ ਉਹਨਾਂ ਕਿਹਾ ਕਿ ਸਟੇਡੀਅਮ ਭਰ ਗਿਆ। ਸੋ ਕਾਫੀ ਚੰਗਾ ਰਿਸਪੌਂਸ ਹੈ, ਜਿੱਥੇ ਕਿ 54,000 ਤੋਂ ਵੱਧ ਲੋਕ ਉਹਨਾਂ ਨੂੰ ਇਸ ਸ਼ੋਅ ਦੇ ਲਈ ਦੇਖਣ ਆਏ। BC ਪਲੇਸ ਸਟੇਡੀਅਮ ਵੈਂਕੂਵਰ ਦੇ ਵਿੱਚ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਤੇ 54,000 ਤੋਂ ਵੀ ਵੱਧ ਦਰਸ਼ਕ ਉਹਨਾਂ ਦੇਖਣ ਆਏ ਤੇ ਨਾਲ ਹੀ ਦੱਸਦੀ ਕਿ ਇਹ ਸ਼ੋਅ ਪੂਰੀ ਤਰ੍ਹਾਂ ਸੋਲਡ ਆਊਟ ਰਿਹਾ ਤੇ ਹਿਸਟਰੀ ਕ੍ਰੀਏਟ ਹੋ ਗਈ। ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਆਰਟਿਸਟ ਬਣੇ ਜਿਨ੍ਹਾਂ ਨੇ ਇਸ ਸਟੇਡੀਅਮ ਦੇ ਵਿੱਚ ਪਰਫਾਰਮ ਕੀਤਾ ਤੇ ਦਿਲਜੀਤ ਦੋਸਾਂਝ ਨੇ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਨੂੰ ਇੰਪ੍ਰੈਸ ਵੀ ਕਰ ਲਿਆ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਵੀਡੀਓ ਕਲਿੱਪ ਨੂੰ ਤੁਸੀਂ ਵੀ ਆਪਣੀਆਂ ਸਕਰੀਨਸ ਤੇ ਵੇਖ ਸਕਦੇ ਹੋ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੈਲ, ਦਿਲਜੀਤ ਦੋਸਾਂਝ ਨੇ ਇੱਥੇ ਆਪਣੇ ਕਈ ਸਾਰੇ ਸੁਪਰ ਹਿੱਟ ਗੀਤ ਗਾਏ, ਦਰਸ਼ਕਾਂ ਨੂੰ ਇੰਪ੍ਰੈਸ ਕੀਤਾ ਤੇ ਉਹਨਾਂ ਦੀ ਲੁੱਕ ਨੇ ਵੀ, ਉਹਨਾਂ ਦੇ ਹੰਬਲ ਨੇਚਰ ਨੇ, ਉਹਨਾਂ ਦੇ ਇੰਟਰੈਕਸ਼ਨ ਨੇ ਦਰਸ਼ਕਾਂ ਨੂੰ ਹੋਰ ਵੀ ਜ਼ਿਆਦਾ ਖੁਸ਼ ਕਰ ਦਿੱਤਾ, ਇਸ ਸ਼ੋਅ ਨੂੰ, ਇਸ ਪਰਫਾਰਮੈਂਸ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਬਣਾ ਦਿੱਤਾ। ਸੋ ਦਿਲਜੀਤ ਦੋਸਾਂਝ ਦੀ ਇਸ ਪਰਫਾਰਮੈਂਸ ਲਈ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਦਿਲਜੀਤ ਦੋਸਾਂਝ ਵੱਲੋਂ ਗਾਏ ਗੀਤਾਂ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਹੈ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।